ਗੁੱਡ ਮਾਰਨਿੰਗ ਸਟੂਡੈਂਟਸ ਅੱਜ ਅਸੀਂ ਕਰਨ ਜਾ ਰਹੀ ਹੈਗੇ ਆ ਮੈਂਡਲ ਦਾ ਡਾਈ ਹਾਈਬ੍ਰਿਡ ਕਰਾਸ ਇਸ ਤੋਂ ਪਹਿਲਾਂ ਅਸੀਂ ਮੋਨੋ ਹਾਈਬ੍ਰਿਡ ਕਰਾਸ ਡਿਸਕਸ ਕੀਤਾ ਦੈਨ ਉਹਦੇ ਤੋਂ ਜਿਹੜੇ ਦੋ ਲਾਜ਼ ਡਿਡਿਊਸ ਕੀਤੇ ਸੀ ਮੈਂਡਲ ਨੇ ਉਹਨਾਂ ਬਾਰੇ ਡਿਸਕਸ ਕੀਤਾ ਥੈਟ ਇਜ਼ ਕਿਹੜੇ-ਕਿਹੜੇ ਦੋ ਲਾਅ ਨੇ ਡਿਡਿਊਸ ਕੀਤੇ ਸੀਗੇ ਲਾਅ ਆਫ ਡੋਮਿਨੈਂਸ ਤੇ ਲਾਅ ਆਫ ਸੈਗਰੀਗੇਸ਼ਨ ਲਾਅ ਆਫ ਸੈਗਰੀਗੇਸ਼ਨ ਜਿਹੜਾ ਹੈਗਾ ਉਹ ਇੱਕ ਯੂਨੀਵਰਸਲ ਲਾਅ ਹੈ ਕਿਉਂਕਿ ਉਹ ਉਹਦੇ ਵਿੱਚ ਕੋਈ ਐਕਸੈਪਸ਼ਨਸ ਨਹੀਂ ਹੈ ਲੇਕਿਨ ਜਿਹੜਾ ਲਾਅ ਆਫ ਡੋਮਿਨੈਂਸ ਹੈ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਕੁਝ ਐਕਸੈਪਸ਼ਨਸ ਹੀ ਆਪਾਂ ਸਾਰੀਆਂ ਡਿਸਕਸ ਕਰਾਂਗੇ ਜਿਵੇਂ ਮਲਟੀਪਲ ਐਲੀਲਿਜ਼ਮ ਹੈ ਕੋਡੋਮਿਨੈਂਸ ਹੈ ਇਨਕੰਪਲੀਟ ਡੋਮਿਨੈਂਸ ਹੈ ਸੋ ਇਹ 10 ਹੈਗੀਆਂ ਨਾਓ ਸਭ ਤੋਂ ਪਹਿਲਾਂ ਅ ਅਸੀਂ ਡਿਸਕਸ ਕਰਾਂਗੇ ਡਾਈ ਹਾਈਬ੍ਰਿਡ ਕਰਾਸ ਕੀ ਹੈ ਸੋ ਇਟ ਇਜ਼ ਅ ਬਰੀਡਿੰਗ ਐਕਸਪੈਰੀਮੈਂਟ ਟੀਲਿੰਗ ਵਿਦ ਇਨਹੇਰੀਟੈਂਸ ਆਫ ਟੂ ਕੈਰੈਕਟਰਸ ਐਟ ਅ ਟਾਈਮ ਸੋ ਇੱਥੇ ਕੀ ਕੀਤਾ ਸੀਗਾ ਮੈਂਡਲ ਨੇ ਡਾਈ ਹਾਈਬ੍ਰਿਡ ਕਰਾਸ ਦੇ ਵਿੱਚ ਉਹਨੇ ਦੋ ਕੈਰੈਕਟਰ ਲੈ ਲਏ ਇੱਕ ਕਲਰ ਤੇ カラー ਕੀ ਲਿੱਤਾ ਸੀ ਉਹਨੇ yellow 컬러 ਲੈ ਲਿਆ ਸੀ ਤੋ ਕਿ yellow ਡੋਮਿਨੈਂਟ ਹੈ राउंड ਸ਼ੇਪ ਲੈ ਲਈ ਸੀ ਸੋ ਉਹਨੇ ਕਲਰ ਤੇ ਸ਼ੇਪ ਸੋ ਡੋਮਿਨੈਂਟ ਕਰੈਕਟਰ ਕਿਹੜੇ ਲਿੱਤੇ ਉਹਨੇ yellow ਤੇ राउंड ਨੂੰ ਕਰਾਸ ਕੀਤਾ ਸੀ ਗ੍ਰੀਨ ਤੇ ਰਿੰਕਲਡ ਦੇ ਨਾਲ ਠੀਕ ਹੈ ਦੋਨਾਂ ਨੂੰ ਕਰਾਸ ਕੀਤਾ ਸੋ ਉਹਨੂੰ ਐਸੇ ਤਰ੍ਹਾਂ ਸੀ ਲਿਖ ਲਾਂਗੇ Y कैपिटल Y कैपिटल Y कैपिटल R कैपिटल R স্মੋਲ Y স্মੋਲ Y स्मੋਲ R স্মੋਲ R ਇਹ ਜੀਨੋਟਾਈਪ ਹੈ ਫੀਨੋਟਾਈਪ ਕੀ ਹੈ ਯਾਨੀ ਕਿ ਇਹਨਾਂ ਦੀ ਐਕਸਟਰਨਲ ਕਰੈਕਟਰਸ ਕੀ ਸੀਗੇ ਦੈਟ ਇਜ਼ ਯੈਲੋ ਐਂਡ ਰਾਉਂਡ ਸੀਡ ਤੇ ਗ੍ਰੀਨ ਐਂਡ ਰਿੰਕਲਡ ਸੀਡ ਸੋ ਇਹ ਇਧਰਲੇ ਪਾਸੇ ਲੈਫਟ ਹੈਂਡ ਸਾਈਡ ਤੇ ਅਸੀਂ ਲਿਖਾਂਗੇ ਜੋ ਹੈ ਪੇਰੈਂਟਸ F1 ਤੇ F2 ਸੋ ਇਹ ਤਿੰਨ ਚੀਜ਼ਾਂ ਅਸੀਂ ਮੈਂਸ਼ਨ ਕਰਾਂਗੇ ਸੋ ਸਭ ਤੋਂ ਪਹਿਲਾਂ ਪਿਓਰ ਪੇਰੈਂਟ ਸਿਲੈਕਟ ਕਰਕੇ ਉਹਨੇ F1 ਜਨਰੇਸ਼ਨ ਰੇਜ਼ ਕੀਤੀ F1 ਜਨਰੇਸ਼ਨ ਦੇ ਵਿੱਚ ਇੱਕ ਡੋਮਿਨੈਂਟ ਤੇ ਇੱਕ ਰੈਸੈਸੀਵ ਪੀਰੀਅਡਸ ਦੇ ਕੈਰੈਕਟਰ ਜਿਹੜੇ ਹੈਗੇ ਉਹ ਕੰਬਾਈਨ ਹੋ ਗਏ ਕੈਪੀਟਲ Y স্মॉल Y ਕੈਪੀਟਲ R স্মॉल R ਸੋ ਇਹ ਕੀ ਬਣ ਗਿਆ ਕੈਪੀਟਲ Y স্মॉल Y ਤੇ ਕੈਪੀਟਲ A ਕੀ ਬਣ ਗਿਆ ਦਿਸ ਇਜ਼ ਜੀਨੋਟਾਈਪ ਤੇ ਆ ਕੀ ਬਣ ਗਿਆ ਦਿਸ ਇਜ਼ ਫੀਨੋਟਾਈਪ ਸੋ ਜੀਨੋਟਾਈਪ ਕੀ ਹੋ ਗਿਆ ਕੈਪੀਟਲ Y স্মॉल Y ਕੈਪੀਟਲ R স্মॉल R ਤੇ ਫੀਨੋਟਾਈਪ ਕੀ ਬਣ ਗਿਆ yellow and round seeded ਬਣ ਕੇ ਸੋ ਇਹ F1 ਜਨਰੇਸ਼ਨ ਹੁਣ F1 ਤੇ F1 ਨਾਲ ਕ੍ਰਾਸ ਕਰਤਾ ਯਾਨੀ ਕਿ ਕੈਪੀਟਲ Y ਸਮਾਲ Y ਕੈਪੀਟਲ R ਸਮਾਲ R ਨੂੰ ਸੈਲਫਿੰਗ ਸੈਲਫਿੰਗ ਮਤਲਬ ਇਹਨੂੰ Y Y R R ਨਾਲ ਕ੍ਰਾਸ ਕਰਤਾ ਹੁਣ ਸਭ ਤੋਂ ਪਹਿਲਾਂ ਦੇ ਗੈਮੀਟਸ ਬਣੇ ਗੈਮੀਟਸ ਕਿਵੇਂ ਬਣੇ ਇੱਕ ਕੈਪੀਟਲ Y ਉਹ S ਵਾਲੇ ਨੂੰ স্মੋਲ Y ਨੂੰ ਤੁਸੀਂ ਭੁੱਲ ਜਾਣਾ ਹੈਗਾ ਕੈਪੀਟਲ Y ਕੈਪੀਟਲ uh, Y ਕੈਪੀਟਲ R ਕੈਪੀਟਲ Y ਕੈਪੀਟਲ R ਕੈਪੀਟਲ Y স্মੋਲ R ਕੈਪੀਟਲ Y স্মੋਲ R ਫਿਰ ਕੈਪੀਟਲ ਵਾਲੇ ਨੂੰ ਭੁੱਲ ਜੋ স্মੋਲ Y ਕੈਪੀਟਲ R স্মੋਲ Y ਕੈਪੀਟਲ R স্মੋਲ Y স্মੋਲ R ਸੋ ਐਸੀ ਤਰ੍ਹਾਂ ਚਾਰੋਂ ਇੱਥੇ ਉਤਾਰ ਲਓ 16 ਪੋਸੀਬਲ ਕੰਬੀਨੇਸ਼ਨ ਜਿਹੜੇ ਸਾਡੇ ਕੋਲ ਬਣੇ ਹੈਗੇ ਸੋ